ਰੋ ਰੋ ਕੇ ਉਸ ਰੂਹ ਨੂੰ ਅਲਵਿਦਾ ਕਹਿ ਕੇ ਆਏ ਹਾਂ। ਜਿਹਦੇ ਕੋਲੋਂ ਬੜਾ ਆਸ਼ੀਰਵਾਦ ਲਿਆ ਅਤੇ ਜਿਨ੍ਹਾਂ ਦੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ, ਉਹ ਸੁਰਾਂ ਦੇ ਸਿਕੰਦਰ ਤਾਂ ਸੀ ਉਹ, ਪਰ ਉਹ ਐਜ ਏ ਇਨਸਾਨ ਬਹੁਤ ਅੱਛੇ ਸੀਗੇ। ਜਿਸ ਸ਼ਖਸ ਦੇ ਕੰਨਾਂ ਵਿੱਚ ਉਹਨਾਂ ਦੇ ਬੋਲ ਪੈ ਗਿਆ, ਇੱਕ ਵਾਰੀ ਪੈ ਗਿਆ, ਉਹ ਤਾਂ ਉਮਰ ਉਹਨੂੰ ਭੁੱਲ ਨਹੀਂ ਸਕਦਾ। ਔਰ ਜਿਹੜਾ ਬੰਦਾ ਇੱਕ ਮਿੰਟ ਲਈ ਉਹਨਾਂ ਨੂੰ ਮਿਲ ਲਿਆ, ਮੁੜ ਕੇ ਨਾ ਮਿਲੇ, ਉਹ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦਾ। ਐਸੀ ਬਾਤ ਸੀ ਉਹਨਾਂ ਦੀ, ਸੁਰ ਦੀ ਵੀ ਔਰ ਤਬੀਅਤ ਦੀ ਵੀ। ਇਹ ਕਰੋੜਾਂ 'ਚੋਂ ਇੱਕ ਦੇ ਹਿੱਸੇ ਹੁੰਦੇ, ਸਦੀਆਂ ਬਾਅਦ ਇੱਦਾਂ ਦੇ ਫਨਕਾਰ ਹੋ ਗਏ। ਐਂ ਲੱਗਦਾ ਕਿ ਸੰਗੀਤ ਜਗਤ ਦਾ ਇੱਕ ਬਹੁਤ ਵੱਡਾ ਕਿਲਾ ਢਹਿ ਗਿਆ। ਉਹ ਜਿਸਮਾਨੀ ਤੌਰ 'ਤੇ ਬੇਸ਼ੱਕ ਅੱਜ ਸਾਡੇ ਤੋਂ ਜੁਦਾ ਹੋ ਗਏ, ਪਰ ਜਦ ਤੱਕ ਪੰਜਾਬੀ ਪੰਜਾਬੀਅਤ ਰਹੂਗੀ ਅਤੇ ਉਹਨਾਂ ਦਾ ਨਾਮ ਇਸੇ ਤਰ੍ਹਾਂ ਅਮਰ ਹੀ ਰਹੂਗਾ। ਮੌਸੀਕੀ ਦਾ ਬਾਦਸ਼ਾਹ, ਸੁਰਾਂ ਦਾ ਸਿਕੰਦਰ, ਸਰਦੂਲ ਸਿਕੰਦਰ ਬੇਸ਼ੱਕ ਫਾਨੀ ਸੰਸਾਰ ਤੋਂ ਅਲਵਿਦਾ ਆ ਗਏ ਨੇ। ਉਹਨਾਂ ਨੂੰ ਸਪੁਰਦੇ ਖਾਕ ਉਹਨਾਂ ਦੇ ਪਿੰਡ ਖੇੜੀ ਨੌ ਸਿੰਘ ਵਿਖੇ ਕਰ ਦਿੱਤਾ ਗਿਆ, ਪਰ ਆਪਣੀ ਕਲਾ ਦੇ ਨਾਲ, ਆਪਣੇ ਗੀਤਾਂ ਦੇ ਨਾਲ, ਆਪਣੀ ਹਸਤੀ ਦੇ ਨਾਲ ਸਿਕੰਦਰ ਸਾਹਿਬ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ, ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਦਾ ਸਫ਼ਰ ਆ, ਜਿਸ ਤਰ੍ਹਾਂ ਦੀ ਉਹਨਾਂ ਦੀ ਸ਼ਖਸੀਅਤ ਰਹੀ ਆ, ਨਾ ਸਿਰਫ ਸੰਗੀਤ ਜਗਤ ਦੇ ਵਿੱਚ ਬਲਕਿ ਸਮਾਜਿਕ ਤੌਰ 'ਤੇ ਵੀ, ਉਹਨਾਂ ਨੂੰ ਅੰਤਿਮ ਵਧਾਈ ਦੇਣ ਦੇ ਵਾਸਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਖੰਨਾ ਤੋਂ ਅਸੀਂ ਵੇਖੇ ਆ, ਉਹਨਾਂ ਦੀ ਅੰਤਿਮ ਵਧਾਈ ਦਿੰਦੇ ਨਜ਼ਰ ਆਏ ਨੇ। ਸਿਕੰਦਰ ਸਾਹਿਬ ਸਰੀਰਕ ਤੌਰ 'ਤੇ ਇਸ ਫਾਨੀ ਜਹਾਨ ਨੂੰ ਅਲਵਿਦਾ ਆ ਗਏ ਨੇ, ਸਰੀਰਕ ਤੌਰ 'ਤੇ ਦੁਬਾਰਾ ਕਦੇ ਆਪਣੇ ਪਰਿਵਾਰ ਦੇ ਵਿੱਚ, ਆਪਣੇ ਪ੍ਰੇਮੀਆਂ ਦੇ ਵਿੱਚ ਨਜ਼ਰ ਨਹੀਂ ਆਉਣਗੇ, ਪਰ ਆਪਣੇ ਅਲਫਾਜ਼ਾਂ ਦੇ ਨਾਲ, ਆਪਣੀ ਗਾਇਕੀ ਦੇ ਨਾਲ, ਆਪਣੀ ਕਲਾ ਦੇ ਨਾਲ ਅਮਰ ਨੂਰੀ ਦਾ ਇਹ ਸਿਕੰਦਰ ਹਮੇਸ਼ਾ ਅਮਰ ਰਹੇਗਾ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸਮ ਸੀ, PTC ਨਿਊਜ਼, ਖੇੜੀ ਨੌ ਸਿੰਘ। ਔਰ ਪੰਜਾਬ ਦੇ ਉੱਘੇ ਕਲਾਕਾਰਾਂ ਨੇ ਸਰਦੂਲ ਸਿਕੰਦਰ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਪੰਜਾਬੀ ਗਾਇਕੀ ਦੇ ਇੱਕ ਯੁਗਦਾਂਤ ਹੋ ਰਿਹਾ ਅੱਜ, ਔਰ ਇਹ ਜ਼ਮੀਨ ਦੋਜ਼ ਹੋ ਜਾਣਗੇ ਅੱਜ ਸਾਡੇ ਐਡੇ ਵੱਡੇ ਪੰਜਾਬੀ ਗਾਇਕੀ ਦੇ ਆਲਮ ਬਰਦਾਰ। ਸੋ ਬਸ ਸਾਰਿਆਂ ਦੇ ਮਨ 'ਚ ਇੱਕੋ ਜਿੰਨਾ ਰੋਸ ਹੈ, ਇੱਕੋ ਜਿੰਨਾ ਦੁੱਖ ਹੈ, ਰੋਸ ਪਰਮਾਤਮਾ ਨਾਲ ਕਿ ਇੰਨੀ ਜਲਦੀ ਕਿਉਂ, ਔਰ ਦੁੱਖ ਇਸ ਗੱਲ ਦਾ ਕਿ ਇਹਦੀ ਕੋਈ ਵਾਪਸੀ ਨਹੀਂ ਹੁੰਦੀ। ਸਰਦੂਲ ਸਿਕੰਦਰ ਸਿੰਗਿੰਗ ਦੇ ਨਾਲ ਨਾਲ ਗਾਇਕ ਦੇ ਨਾਲ ਨਾਲ ਇੱਕ ਬਹੁਤ ਅੱਛਾ ਇਨਸਾਨ। ਗੱਲ ਤਾਂ ਨਿੱਕੀ ਜੀ ਆ, ਅਸੀਂ ਏਅਰਪੋਰਟ 'ਤੇ ਬੈਠੇ, ਬਾਹਰ ਜਾ ਰਹੇ ਸੀ, ਭਾਅ ਜੀ ਨੇ ਪਰਸ ਖੋਲ੍ਹਿਆ ਅਤੇ ਉਹਦੇ ਵਿੱਚ ਮੈਨੂੰ 100 ਰੁਪਇਆ ਦਿੱਤਾ। ਮੈਂ ਪੁੱਛਿਆ, ਮੈਂ ਭਾਅ ਜੀ ਆਹ ਕਹਿੰਦੇ ਲਈ? ਕਹਿੰਦੇ ਪਰਸ ਵਿੱਚ ਰੱਖ ਲਾ। ਮੈਂ ਕਿਹਾ ਕਿਉਂ? ਕਹਿੰਦਾ ਇਹ 100 ਰੁਪਇਆ ਨਾ ਸਮਝ, ਇਹ ਪੀਰਾਂ ਫਕੀਰਾਂ ਦੀ ਆਸ਼ੀਰਵਾਦ ਆ, ਬਸ ਤੁਸੀਂ ਇਹ ਦੇਖੋ। ਥੋੜ੍ਹੇ ਚਿਰ ਬਾਅਦ ਕਹਿੰਦਾ ਜੇ ਪਰਸ ਵਿੱਚ ਰੱਖੋਗੇ ਤਾਂ ਤੁਹਾਨੂੰ ਬਰਕਤ ਦਾ ਅਹਿਸਾਸ ਮਹਿਸੂਸ ਹੋਏਗਾ। ਹੁਣ ਐਸਾ ਇਨਸਾਨ ਉਸ ਨੂੰ ਇਹ ਗੱਲ ਕਹਿ ਸਕਦਾ ਜਿਹਨੂੰ ਉਹ ਦਿਲੋਂ ਪਿਆਰ ਕਰਦਾ? ਸੋ ਨਹੀਂ ਭੁੱਲ ਸਕਦੇ। ਬਹੁਤ ਵਧੀਆ ਰਿਸ਼ਤੇ ਸੀਗੇ ਜੀ, ਘਰ ਵੀ ਮੈਂ ਕਾਫੀ ਵਾਰ ਆਉਂਦਾ ਜਾਂਦਾ ਸੀ ਭਾਅ ਜੀ ਨੂੰ, ਜਦ ਟਾਈਮ ਮਿਲਦਾ ਸੀਗਾ ਚਲੋ ਉੱਦਾਂ ਤਾਂ ਇਕੱਠੇ ਹੁੰਦੇ ਰਹੀਦਾ ਸੀਗਾ। ਅਤੇ ਬਸ ਹੁਣ ਕੀ ਕਹਿ ਸਕਦੇ ਹਾਂ ਜੀ, ਇੱਦਾਂ ਦਾ ਫਨਕਾਰ ਇੱਕ ਸਦੀ 'ਚ ਇੱਕ ਹੀ ਪੈਦਾ ਹੁੰਦਾ ਹੁੰਦਾ ਸਰਦੂਲ ਭਾਅ ਜੀ ਹੋਰਾਂ ਨੇ ਜਿੰਨਾ, ਕਿਉਂਕਿ ਅੱਜ ਦੇ ਮੈਂ ਦੇਖਿਆ ਕਿ ਜਾਂ ਮਾਣਕ ਸਾਹਿਬ ਨੂੰ ਫੋਲੋ ਕਰਦੇ ਨੇ ਨਵੇਂ ਸਿੰਗਰ, ਜਾਂ ਸਰਦੂਲ ਭਾਅ ਜੀ ਵਾਂਗੂ ਗਾਉਣਾ ਚਾਹੁੰਦੇ ਨੇ ਹਰ ਇੱਕ ਸਿੰਗਰ ਦੀ, ਇਹੀ ਹੈ। ਉਹਨਾਂ ਨੂੰ ਦੇਖ ਦੇਖ ਕੇ ਬਹੁਤ ਸਾਰੇ ਸਿੰਗਰ ਬਣੇ ਨੇ ਸਿੰਗਰ। ਬਹੁਤ ਵੱਡਾ ਕਲਾ ਦਾ ਸਮੁੰਦਰ, ਉਹ ਮਹਾਨ ਗਾਇਕ ਜਿੰਨਾ ਸੁਰੀਲਾ ਉਹ ਗਾਉਂਦੇ ਸੀ ਨਾ, ਓਨੀ ਪਾਕ ਸੁਰੀਲੀ ਉਹਨਾਂ ਦੀ ਰੂਹ ਸੀ। ਕਿਸੇ ਬੰਦੇ ਨਾਲ ਕਦੇ ਕੋਈ ਵਿਤਕਰਾ ਨਹੀਂ, ਕੋਈ ਊਚ ਨਹੀਂ, ਕੋਈ ਨੀਚ ਨਹੀਂ, ਕੋਈ ਕਿਸੇ ਨੂੰ ਮਾੜਾ ਨਹੀਂ।